पंजाब विच दिन प्रतिदिन हमलावरां दे हौसले बुलंद हुंदे जा रहे हैं। अजिहा ही पटियाले जिले के राजपुरा शहर का मामला सामने आया। पुराना राजपुरा के गुजरां वाले महल्ले विच उस समय दहशत का माहौल बन गया जदों अद्धा दर्जन के करीब हथियारबंद व्यक्तियों वालों दिन दिहाड़े ललकारे मारते हुए एक घर के खिड़कियां दरवाजे तोड़ते हुए घर अंदर दाखिल हो गए ਅਤੇ ਘਰ ਵਿੱਚ ਮੌਜੂਦ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਨ ਲੱਗੇ। ਜ਼ਿਆਦਾ ਸ਼ੋਰ ਹੁੰਦੇ ਦੇਖ ਮਹੱਲਾ ਵਾਸੀ ਇਕੱਠੇ ਹੋਏ ਤੇ ਹਮਲਾਵਰਾਂ ਨੂੰ ਮੌਕੇ ਤੇ ਆਪਣੀ ਇੱਕ ਮੋਟਰਸਾਈਕਲ ਛੱਡ ਕੇ ਭੱਜਣਾ ਪਿਆ। ਵੇਖੋ ਰਾਜਪੁਰਾ ਤੋਂ ਉਪਕਾਰ ਸਿੰਘ ਦੀ ਇਹ ਰਿਪੋਰਟ। ਕਦੋਂ ਤੋਂ ਚੱਲੀ ਜਾਂਦਾ ਕੰਮ ਇੱਥੇ? ਜਦੋਂ ਮੇਰਾ ਮੁੰਡਾ ਵਿੱਚ ਬੈਠਾ ਮਾਰਨਾ ਇਹਨਾਂ ਨੂੰ ਸੀ ਉਹਨਾਂ ਨੇ ਤੇ ਵੱਜ ਮੇਰਾ ਮੁੰਡੇ ਦੇ ਕਿਹਾ ਉਹਨੇ ਐਵੇਂ ਹੱਥ ਰੱਖਿਆ ਤੇ ਉਹਦਾ ਮੁੰਡੇ ਦਾ ਹੱਥ ਟੁੱਟ ਗਿਆ। ਕਿੰਨੇ ਕੁ ਚਿਰ ਤੋਂ ਚੱਲ ਰਿਹਾ ਇਹ ਕੰਮ? ਮੈਂ ਸਾਹਮਣੇ ਬੈਠੀ ਸੀ ਤਾਂ ਮੇਰੇ ਅੰਗ ਵਿੱਚ ਲੱਪਾਂ ਦੇ ਉਹਨਾਂ ਨੇ ਮੋਟਰਸਾਈਕਲ ਗਲੀ ਦੇ ਵਿੱਚ ਬੈਠੇ ਸੀਗੇ ਸਾਰੇ ਜਣੇ ਵੀ ਦੇਖ ਰਹੇ ਸੀ ਕੀ ਹੋਇਆ ਆ ਵੀ ਕਿਵੇਂ ਤੋੜ ਭੰਨ ਕਰ ਗਏ ਨੇ ਤੇ ਅਸੀਂ ਬੈਠੇ ਸੀ ਇਧਰੋਂ ਅੰਦਰੋਂ ਮੁੰਡੇ ਨਿਕਲੇ ਨੇ ਤੇ ਨਿਕਲ ਕੇ ਤੇ ਬਾਹਰ ਗਏ ਨੇ ਤੇ ਇੱਥੇ ਦੋ ਤਿੰਨ ਮੁੰਡੇ ਬੈਠੇ ਸੀ ਇੱਕ ਮੇਰਾ ਬੈਠਾ ਸੀ ਦੋ ਇਹਨਾਂ ਦੇ ਮੁੰਡੇ ਬੈਠੇ ਸੀ ਤੇ ਇਹ ਮਾਰਨ ਲੱਗੇ ਸੀ ਇਹਨਾਂ ਨੂੰ ਡੰਡਾ ਵੱਜ ਗਿਆ ਮੇਰੇ ਮੁੰਡੇ ਦੇ ਡੰਡਾ ਉਹਨੇ ਐਵੇਂ ਹੱਥ ਕੀਤਾ ਤੇ ਉਹਦੇ ਹੱਥ ਤੇ ਵੀ ਲੱਗਿਆ ਆ ਮੁੜ ਕੇ ਮੋਟਰਸਾਈਕਲ ਉਹਨਾਂ ਕੋਲੋਂ ਸੰਭਾਲਿਆ ਨਹੀਂ ਗਿਆ ਮੁੜ ਕੇ ਉਹ ਥੜੀ ਦੇ ਵਿੱਚ ਜਾ ਕੇ ਸਿੱਧਾ ਵੱਜੇ ਨੇ ਮੈਂ ਵੀ ਉੱਥੇ ਬੈਠੀ ਸਾਂ ਮੇਰੀਆਂ ਲੱਤਾਂ ਟੁੱਟ ਜਾਣੀਆਂ ਸੀ ਜੇ ਅਗਰ ਉੱਥੋਂ ਨਾ ਮੈਂ ਭੱਜ ਜੂੰਗੀ ਤੇ ਉਹ ਫਿਰ ਇਹਨਾਂ ਨੂੰ ਇੱਕ ਮੁੰਡਾ ਫੜ ਲਿਆ ਫਿਰ ਪੁਲਿਸ ਨੂੰ ਸੱਦ ਕੇ ਤੇ ਅਸੀਂ ਫਿਰ ਮੁੰਡਾ ਫੜਵਾਇਆ। ਮੋਟਰਸਾਈਕਲ ਕੀ ਇੱਥੇ ਛੱਡ ਕੇ ਭੱਜ ਗਏ ਉਹ? ਹਾਂਜੀ ਮੋਟਰਸਾਈਕਲ ਸਿੱਟ ਕੇ ਭੱਜ ਗਏ ਇੱਕ ਮੁੰਡੇ ਨੂੰ ਫੜ ਲਿਆ ਇੱਕ ਮੁੰਡਾ ਭੱਜ ਗਿਆ। ਗੁਰਪ੍ਰੀਤ ਦੱਸੋਗੇ ਕੀ ਹੋਇਆ ਤੁਹਾਡੇ ਘਰੇ? ਹਾਂਜੀ ਮੁੰਡੇ ਆਏ ਆ ਆਂਦੇ ਲਲਕਾਰੇ ਮਾਰਨ ਲੱਗੇ ਬੋਲਣ ਲੱਗੇ ਤੇ ਤੇ ਡੰਡੇ ਚੱਕੇ ਜਾਲੀਆਂ ਨੂੰ ਮਾਰਨ ਲੱਗੇ ਕੱਲਾ ਕੱਢਣ ਲੱਗੇ ਫਿਰ ਤੋੜ ਭੰਨ ਕਰਕੇ ਅੰਦਰ ਆ ਗਏ ਅੰਦਰ ਮਾਰ ਕਟਾਈ ਕਰਨ ਲੱਗੇ ਡੰਡੇ ਮਾਰਨ ਲੱਗੇ ਮਾਰ ਕਟਾਈ ਕਰਨ ਲੱਗੇ ਜੇ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਨ ਲੱਗੀ ਤੇ ਚੱਕ ਤੇ ਮਾਰੀ ਨੇ ਸੋਟੀ ਤੇ ਮੇਰੇ ਹੱਥ ਤੇ ਵੱਜੀ ਤੇ ਮੈਨੂੰ ਕਹਿੰਦੇ ਬੁਲਾ ਦੇਣਾ ਮੁੰਡਾ ਘਰ ਨਹੀਂ ਸੀ ਪਰ ਮੁੰਡਾ ਕੋਈ ਸੁੱਤਾ ਪਿਆ ਸੀ ਵੱਡਾ ਉਹਦੇ ਬਾਹਰ ਭੱਜ ਗਿਆ ਉਧਰ ਪੁੱਟ ਤੇ ਉਹਨੂੰ ਜੇ ਹੁੰਦਾ ਤੇ ਉਹਨੂੰ ਮਾਰ ਜਾਂਦੇ ਆ। ਫਿਰ ਇਹਨਾਂ ਨੇ ਬਾਅਦ ਚੋ ਰਾਜੀਨਾਮਾ ਕਰਾਇਆ ਪੁਲਿਸ ਵਾਲਿਆਂ ਨੇ ਬਾਅਦ ਚੋ ਕੁੱਤਾ ਕੋਈ ਨੀ ਔਰ ਰਾਜੀਨਾਮਾ ਹੋ ਗਿਆ ਬਾਅਦ ਚੋ ਇਹਨਾਂ ਨੇ ਕੁਛ ਕੀਤਾ ਨੀ ਪੁਲਿਸ ਵਾਲੇ ਬਾਅਦ ਚੋ ਆ ਗਏ ਮਾਰ ਕੇ ਮਾਰਨ ਵਾਸਤੇ ਘਰ ਘਰ ਕੋਈ ਵੀ ਨੀ ਸੀ ਬੰਦਾ ਸਾਡਾ ਘਰ ਹੀ ਨਹੀਂ ਅਸੀਂ ਮਾਵਾਂ ਧੀਆਂ ਸੀ ਕੁੜੀ ਨੂੰ ਵੀ ਗਾਲਾਂ ਕੱਢ ਕੇ ਗੰਦੇ ਮੰਦ ਕੱਢ ਕੇ ਗਾਲਾਂ ਕੱਢ ਕੇ ਬਕਵਾਸ ਕਰ ਕੇ ਕੁੜੀ ਨੂੰ ਮਾਰ ਕੁੱਟ ਕੇ ਮੈਨੂੰ ਮਾਰ ਬੀਬੀ ਸੰਬੰਧੀ ਕੋਈ ਪੁਲਿਸ ਨੂੰ ਕੰਪਲੇਂਟ ਕੀਤੀ ਫੋਨ ਉਹਨਾਂ ਨੇ ਫੋਨ ਕਰਨ ਹੀ ਨਹੀਂ ਦਿੱਤਾ ਫੋਨ ਕਰਨ ਲੱਗਿਆ ਫੋਨ ਤੋੜਤਾ ਉਹਨਾਂ ਨੇ ਡੰਡਾ ਮਾਰ ਕੇ ਕਹਿੰਦੇ ਕਰਕੇ ਦੇਖੋ ਕਿਹਨੂੰ ਕਰਨਾ ਹੈ ਤੁਸੀਂ ਕੀ ਮੰਗ ਕਰਦੇ ਹੋ ਵੀ ਕੀ ਕੀਤਾ ਜਾਏ ਸਰਕਾਰ ਤੋਂ ਕੀ ਸਾਨੂੰ ਉਹ ਚਾਹੀਦੀ ਹੈ ਜਿਹੜੀ ਹੌਲੀ ਮੇਰੇ ਦਰਵਾਜ਼ੇ ਬੂਹੇ ਤੋੜ ਗਏ ਨੇ ਨੁਕਸਾਨ ਮੇਰੇ ਘਰ ਦਾ ਕਰ ਗਏ ਨੇ ਬੜਾ ਨੁਕਸਾਨ ਮੇਰੀਆਂ ਚੀਜ਼ਾਂ ਮੈਨੂੰ ਤਾਂ ਇਨਸਾਫ ਚਾਹੀਦਾ ਅਰੁਣ ਸੀ ਰਾਹੁਲ ਸੀ ਚਾਰ ਪੰਜ ਮੁੰਡੇ ਇੱਥੇ ਆਏ ਹੈ ਬਾਕੀ ਪਿੱਛੇ ਰਹੇ ਰੋੜੀਆਂ ਇੱਟਾਂ ਚਲਾਉਂਦੇ ਰਹੇ ਨੇ ਅਸੀਂ ਘਰ ਥਾਂ ਘਰ ਕੋਈ ਵੀ ਨਹੀਂ ਸੀ ਅੰਦਰ ਵੜ ਕੇ ਮਾਰਦੇ ਸਨ ਗੁਰਪ੍ਰੀਤ ਕੌਰ ਦਾ ਮਾਮਲਾ ਤੁਹਾਡੇ ਕੋਲ ਚੱਲ ਰਿਹਾ ਜਿਹਦੇ ਘਰ ਤੇ ਜਿਹੜਾ ਹਮਲਾ ਕੀਤਾ ਜੀ ਲੋਕਾਂ ਵੱਲੋਂ ਉਹਦਾ ਕੀ ਬਣਦਾ ਉਹਦੇ ਘਰੇ ਨਾ ਭੰਨ ਤੋੜ ਹੋਈ ਸੀ ਉਹਦੇ ਸੰਬੰਧੀ ਨਾ ਕਾਰਵਾਈ ਚੱਲ ਰਹੀ ਹੈ।